दिहाड़े दियाँ विसाखी दियाँ सारिया संगतां नूं लख लख वधाई होवे। अज दा दिहाड़ा श्री गुरु गोबिंद सिंह जी ने खालसा पंथ दी साजना कीती सी, इस करके मनाया जांदा है। ते इस दिन कणकां दी वाढी जिहड़ी अज तो शुरू हो जांदी है। सारिया संगतां नूं लख लख वधाई, धन्नवाद। तुसीं अज कित्थे आए हो? असीं हरिमंदर साहिब अमृतसर आए हां। किस तरह दा लग्गा सुबह? बहुत वधिया सी, इट्स ऑसम। ਹਾਂਜੀ, ਕੀ ਨਾਂ ਜੀ ਤੁਹਾਡਾ ਜੀ? ਧਰਮਵੀਰ ਕੌਰ ਜੀ। ਅੱਛਾ ਜੀ, ਅੱਜ ਤੁਸੀਂ ਕਿੱਥੇ ਮੱਥਾ ਟੇਕਣ ਆਏ ਹੋ? ਅੱਜ ਅਸੀਂ ਸੱਚਖੰਡ ਜੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਾਂ। ਅੱਜ ਵਿਸਾਖੀ ਦੇ ਪਵਿੱਤਰ ਮੌਕੇ 'ਤੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਦਸਮੁਖ ਪਿਤਾ ਜੀ ਨੇ ਅੱਜ ਦੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅਤੇ ਅੱਜ ਦੇ ਦਿਨ ਹੀ ਵਿਸਾਖੀ ਦਾ ਦਿਹਾੜਾ ਹੈ। ਅਤੇ ਕਿਸਾਨ ਜਿਹੜੇ ਹਨ ਅੱਜ ਦਿਨ ਤੋਂ ਵਾਢੀ ਸ਼ੁਰੂ ਕਰ ਦਿੰਦੇ ਹਨ ਆਪਣੀ ਕਣਕਾਂ ਦੀ। ਅਸੀਂ ਇਸ ਪਵਿੱਤਰ ਮੌਕੇ 'ਤੇ ਪਰਿਵਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆਏ ਹਨ ਅਤੇ ਆਪਣੇ ਪਰਿਵਾਰ ਉਹਦੇ ਪਰਿਵਾਰ ਨੂੰ ਲੈ ਕੇ ਬੱਚਿਆਂ ਸਮੇਤ ਦਰਸ਼ਨ ਦੀਦਾਰ ਕਰਨ ਲਈ ਆਏ ਹਨ। ਅਤੇ ਸੰਗਤ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ ਕਿ ਖਾਲਸਾ ਪੰਥ ਦੀ ਸਾਜਨਾ ਰਹੇ, ਖਾਲਸਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਜੋ ਕਿਸਾਨਾਂ ਦੀਆਂ ਜੋ ਮੁਸ਼ਕਲਾਂ ਹਨ ਉਹ ਪੂਰੀਆਂ ਹੋ ਜਾਣ ਅਤੇ ਆਪਣੇ ਘਰ ਉਹ ਪਰਤਾਉਣ। ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਕਿ ਜੋ ਸਰਕਾਰ ਦੇ ਬਰੂਹਾਂ 'ਤੇ ਜਾ ਕੇ ਬੈਠੇ ਹਨ ਉਹ ਆਪਣੇ ਘਰ ਪਰਤਾਉਣ, ਰਾਜ਼ੀ ਖੁਸ਼ੀ ਆਪਣੇ ਪਰਿਵਾਰ 'ਚ ਰਹਿਣ। ਸਾਡੀ ਅੱਜ ਦੇ ਦਿਨ ਇਹੋ ਅਰਦਾਸ ਹੈ। ਅੱਜ ਦਿਨ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ। ਅਸੀਂ ਕਾਫੀ ਦੇਰ ਬਾਅਦ ਪਹੁੰਚੇ ਹਾਂ। ਇਹ ਅੱਜ ਦੇ ਦਿਨ ਅਸੀਂ ਜਦੋਂ ਗੁਰੂ ਨਾਨਕ ਦੇਵ ਗੁਰਪੁਰਬ ਹੋਇਆ ਸੀ ਪ੍ਰਕਾਸ਼ ਦਿਹਾੜਾ ਉਦੋਂ ਅਸੀਂ ਆਏ ਸੀ। ਅੱਜ ਅਸੀਂ ਆਪਣੇ ਪਰਿਵਾਰ ਸਾਹਿਤ ਫਿਰ ਦਰਸ਼ਨ ਦਿਹਾੜ ਕਰਨ ਲਈ ਆਏ। ਅੱਜ ਦੀ ਦੀਪਮਾਲੀ ਦੇ ਕੇ ਸਾਡੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ, ਸਾਨੂੰ ਵੀ ਬਹੁਤ ਖੁਸ਼ੀ ਹੋਈ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਹਰ ਸਾਲ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਦਰਸ਼ਨ ਦਿਹਾੜ ਕਰਨ ਲਈ ਆਏ ਅਤੇ ਸੰਗਤਾਂ ਵੀ ਆਉਣ ਅਤੇ ਸਾਡੇ ਬੱਚੇ ਜਿਹੜੇ ਹਨ ਇਹ ਸਿੱਖੀ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਜਿਸ ਤਰ੍ਹਾਂ ਅਸੀਂ ਜੁੜੇ ਹਾਂ। ਸਾਡੇ ਬੱਚੇ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਸੇ ਪਵਿੱਤਰ ਧਾਮ 'ਤੇ ਆਉਣ। ਹਾਂਜੀ, ਇਹ ਜਿਹੜੀ ਆਤਿਸ਼ਬਾਜ਼ੀ ਅੱਜ ਦੇ ਦਿਨ ਹੋਈ ਹੈ ਨਾ, ਇਹ ਸਿਰਫ ਹਰਿਮੰਦਰ ਸਾਹਿਬ ਵਿੱਚ ਹੀ ਹੁੰਦੀ ਹੈ, ਹੋਰ ਕਿਤੇ ਨਹੀਂ ਹੁੰਦੀ ਹੈ। ਇਹ ਇਸ ਪੂਰੇ ਦੇਸ਼ ਵਿੱਚ ਵੀ ਜੋ ਅਨੋਖਾ ਹੈ, ਜੋ ਸਾਰੇ ਲੋਕ ਇਸ ਨੂੰ ਦੇਖਣ ਲਈ ਆਉਂਦੇ ਹਨ ਅਤੇ ਬਹੁਤ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਜੋ ਦੇਖਦੇ ਹਨ। ਬੱਚਿਆਂ ਦੇ ਹਿਰਦਿਆਂ ਵਿੱਚ ਇਹ ਪਵਿੱਤਰ ਹੌਸਲਾ ਹੁੰਦਾ ਹੈ ਕਿ ਅਸੀਂ ਵੀ ਇਸ ਦੇ ਦਿਨ ਇੱਥੇ ਦਰਸ਼ਨ ਦਿਦਾਰ ਕਰੀਏ ਅਤੇ ਆਪਣੇ ਗੁਰੂ ਸਾਹਿਬਾਂ ਦੇ ਪਵਿੱਤਰ ਦਿਹਾੜੇ ਇਸੇ ਤਰ੍ਹਾਂ ਹੀ ਮਨਾਏ। ਸਬਦੋ ਤਾਂਗਾ ਵੋਰੀ ਕੇਰਾ ਮਨ ਜਿਨੀ ਵਸਾਇਆ, ਕਹ ਨਾਨਕ ਨੰਦੋ ਸਤਿਗੁਰੂ ਮੈਂ ਪਾਇਆ।